ਮਾਰੀ ਕਿਹਨੂੰ ਉਠਾਈ, ਸਰਕਾਰ ਖੜੇ ਹਨ, ਮੌਲਾ ਮੁਸਕੁਰਾ ਕੇ ਫਰਮਾਉਂਦੇ ਨੇ, ਕਿਸੇ ਆਵਾਜ਼ ਦੇਤੇ ਹੋ ਯੇ ਅਬ ਕੁਛ ਸੁਣ ਨਹੀਂ ਸਕਤਾ। ਬੋਲੋ ਯਾਰ ਜਿਹੜੇ ਅਲੀ ਵਾਲੇ ਬੈਠੇ ਹੋ, ਕਿਹੜਾ ਹੱਥ ਅਲੀ ਵਾਲਾ ਜਿਹੜਾ ਥੱਲੇ? ਸਰਕਾਰ ਫਰਮਾਉਂਦੇ ਨੇ, ਕਿਸੇ ਆਵਾਜ਼ ਦੇਤੇ ਹੋ ਯੇ ਅਬ ਕੁਛ ਸੁਣ ਨਹੀਂ ਸਕਤਾ, ਯੇ ਅਬ ਕੁਛ ਕਹਿ ਨਹੀਂ ਸਕਤਾ, ਯੇ ਅਬ ਕੁਛ ਕਰ ਨਹੀਂ ਸਕਤਾ, ਯੇ ਤੋ ਅਬ ਉਠੇਗਾ ਜਾ ਕੇ ਹਸ਼ਰ ਮੇ, ਤੁਮ ਜਗਾਨੇ ਕੀ ਬਾਤ ਕਰਤੇ ਹੋ। ਅੱਛਾ ਟੁਰ ਪੈ ਮੌਲਾ, ਸਰਕਾਰ ਟੁਰੇ, ਥੋੜ੍ਹਾ ਜਿਹਾ ਮੇਰੇ ਇਮਾਮ ਕੋ ਜਲਾ ਲਾਇਆ। ਸਰਕਾਰ ਫਰਮਾਉਂਦੇ ਨੇ, ਉਹਨਾਂ ਲਾਇਕ ਜਾਹਿਲ ਲੋਗੋ, ਮੈਂ ਅਲੀ ਚਾਹਵਾਂ ਤਾਂ ਮੈਂ ਇਹ ਕਰ ਸਕਦਾ, ਮੇਰੇ ਪਾਉਂ ਕੀ ਠੋਕਰ ਸੇ ਇਹ ਮੁਰਦਾ ਬੋਲ ਸਕਦਾ ਹੈ। ਜਿੰਦਾ ਸਲਾਮਤ ਰਹੋ। ਸਰਕਾਰ ਫਰਮਾਉਂਦੇ ਨੇ, ਮੇਰੇ ਪਾਉਂ ਕੀ ਠੋਕਰ ਸੇ ਇਹ ਮੁਰਦਾ ਬੋਲ ਸਕਦਾ ਹੈ, ਪੜੂੰ ਜੋ ਕੁੰਬੇ ਇਜ਼ਨਿਲਾ ਯੇ ਆਂਖੇ ਖੋਲ ਸਕਤਾ ਹੈ, ਹਮਕੋ ਬਖਸ਼ੇ ਹੈ ਖੁਦਾ ਨੇ ਮਰਤਬੇ, ਤੁਮ ਘਟਾਨੇ ਕੀ ਬਾਤ ਕਰਤੇ ਹੋ। ਹੱਥ ਬੁਲੰਦ ਕਰਕੇ ਨਾਮ ਅਲੀ ਹੈਦਰੀ ਆਓ ਯਾਰ, ਪਾਣੀ ਨਹੀਂ, ਸਲਵਾਤ ਪੜੋ ਬਾਬਾ ਜੇ ਬੁਲੰਦ। ਕਿਹੜਾ ਜੀ ਸੁਣਵੇਂ ਨੇ ਪੈ, ਤਰੇ ਚਾਰ ਪੰਜ ਪਤਾ ਨਹੀਂ ਕਿਤਨੇ, ਜਿਤਨਾ ਮੇਰਾ ਟਾਈਮ ਹੈ। ਮੈਂ ਕਸੀਦਾ ਪਿਆ ਪੜਦਾ, ਕਸੀਦਾ ਇੱਕ ਫਰਮਾਇਸ਼ ਥਈ ਹੈ ਬਾਰੂਮ ਬਈ, ਉਹਨਾਂ ਨੇ ਆਖਿਆ ਜੀ ਤੇਰਾ ਰਜਬ ਦੇ ਹਵਾਲੇ ਦਾ ਕਸੀਦਾ ਹੈ ਉਹ ਸੁਣਵਾਓ। ਅੱਛਾ, ਇਹ ਇੱਕ ਕਦਰਦਾਨ ਲੋਕ ਬੈਠੇ ਹੋ ਅਤੇ ਲਿਸਨਰ ਲੋਕ ਮੌਜੂਦ ਬੈਠੇ ਨੇ, ਸ਼ਾਹ ਜੀ ਇਸ ਟਾਈਮ ਮੇਰੇ ਨਾਲ ਯੰਗ ਜਨਰੇਸ਼ਨ ਤੋਂ ਇਲਾਵਾ ਬਜ਼ੁਰਗ ਵੀ ਲਿਸਨਰ ਮੌਜੂਦ ਬੈਠੇ ਨੇ, ਇਹ ਇੱਕ ਚਾਚਾ ਆਸ਼ਿਮ, ਇਹ ਤਿੰਨ, ਇਹ ਕਿਤਨੇ ਹੋ ਗਏ? 13। ਤਵੱਜੋ ਹੈ ਤੁਹਾਡੀ, ਕੁਝ ਬੰਦੇ ਨਹੀਂ ਬੋਲੇ, 13। ਚਲੋ ਇੱਥੇ ਹੀ ਕਸੀਦਾ ਪੀਆ ਸ਼ੁਰੂ ਕਰੇ ਨਾ, ਬੰਦਾ ਹੋਵੇ ਅਲੀ ਵਾਲਾ ਅਤੇ ਚੁੱਪ ਕਰਕੇ ਅੱਜ ਬਹਿ ਵੰਜੇ ਨਾ ਤਾਂ ਮੈਂ ਤੋੜ ਲਗਾ ਸਾਂ ਮਿਲ ਕੇ। ਜ਼ਰਾ ਪੜ੍ਹ ਕੇ ਦੇਖੋ, ਕਸੀਦਾ ਸ਼ੁਰੂ ਪੀਆ ਕਰੇ ਨਾ ਰੂ ਲੈਣਾ ਤੋਂ ਬਾਅਦ, ਜ਼ਰਾ ਪੜ੍ਹ ਕੇ ਦੇਖੋ, 13 ਕੂੰ ਤੁਰ ਪਾਉਂਦੀ ਹੈ ਸਿੱਖ ਇੱਕ ਪਾਸੇ, ਕਿਆ ਖੂਬ ਨਜ਼ਾਰਾ ਦਿਸਦਾ ਪੈ, ਤਰੇ ਇੱਕ ਪਾਸੇ ਇੱਕ ਇੱਕ ਪਾਸੇ, ਹੱਥ ਬੁਲੰਦ ਕਰਕੇ ਹੈਦਰੀ। 13 ਰਜਬ ਦੀ ਰਾਤ ਅਲੀ ਦੀ ਅੰਮਾ ਟੁਰ ਪਈ, ਆਵਾਜ਼ ਕੁਦਰਤ ਆਈ ਮਾਂ ਅਲੀ ਦੀ, ਜਬਰੀਲ ਜੀ ਰੱਬੇ ਜਲੀਲ ਜਲਦੀ ਵੰਜ, ਅਲੀ ਦੀ ਮਾਂ ਕੋ ਆਖ ਤੂੰ ਵੰਜ ਕਾਬੇ, ਮੈਂ ਤੇ ਕੋ ਅਜਰ ਦੇ ਸਾਂ। ਉਹ ਕਿਹੜਾ ਅਜਰ ਮੌਲਾ ਸੁਣਵਾਇਆ, ਦੱਸਾਵਾਂ ਚਾ। ਅਲੀ ਦੀ ਮਾਂ ਕਰਮ ਫਰਮਾ, ਮੇਰੇ ਘਰ ਆ ਅਜਰ ਦੇ ਸਾਂ, ਅਲੀ ਦੀ ਮਾਂ ਕਰਮ ਫਰਮਾ, ਮੇਰੇ ਘਰ ਆ ਅਜਰ ਦੇ ਸਾਂ, ਅਲੀ ਦੀ ਮਾਂ ਕਰਮ ਫਰਮਾ, ਮੇਰੇ ਘਰ ਆ ਅਜਰ ਦੇ ਸਾਂ, ਅਲੀ ਮਲੀ ਦੀ ਮਾਂ ਅਜਰ ਦੇ ਸਾਂ, ਅਲੀ ਅਲੀ ਦੀ ਮਾਂ ਕੋ ਅਜਰ ਦੇ ਸਾਂ। ਪੁੱਛੋ ਸਫਦਰ ਗਾਜ਼ੀ ਕਿਹੜਾ ਅਜਰ ਆਖੇ ਅੱਲਾ, ਦੱਸਾ ਦੇਵਾਂ। ਅਲੀ ਦੀ ਮਾਂ ਕਰਮ ਫਰਮਾ, ਮੇਰੇ ਘਰ ਆ ਅਜਰ ਦੇ ਸਾਂ, ਤੇਰੇ ਕਾਬਾ ਕਦਮ ਚੁੰਮਸੀ, ਤੇਰੇ ਕਾਬਾ ਕਦਮ ਚੁੰਮਸੀ, ਤੇਰੇ ਕਾਬਾ ਕਦਮ ਚੁੰਮਸੀ, ਤੇ ਕੋ ਐਸਾ ਪਿਸਰ ਦੇ ਸਾਂ। ਅਲੀ ਬੋਲੋ ਯਾਰ ਜਿਹੜੇ ਅਲੀ ਵਾਲੇ ਬੈਠੇ ਹੋ, ਹੱਥ ਬੁਲੰਦ ਕਰਕੇ ਨਾਮ ਅਲੀ ਹੈਦਰੀ। ਤੇਰੇ ਕਾਬਾ ਕਦਮ ਚੁੰਮਸੇ, ਤੇਰੇ ਕਾਬਾ ਕਦਮ ਚੁੰਮਸੇ, ਤੇ ਕੋ ਐਸਾ ਪਿਸਰ ਦੇ ਸਾਲੇ ਦੇ ਮਾਂ। ਜਾਗਦੇ ਹੋ, ਅਜਰ ਦੱਸਾ ਰਿਹਾ ਕਿਹੜਾ ਅਜਰ ਮਾਲਕ ਨੇ ਦੱਸੇ, ਮੈਂ ਦੱਸੇ ਨਾ, ਅੱਲਾ ਪਿਆਦ ਹੈ ਅਜਰ ਦੇ ਤੇਰਾ ਰੁਤਬਾ ਜ਼ਮਾਨੇ ਤੂੰ ਜੁਦਾ ਹੋ ਸੀ ਅਜਰ, ਤਵੱਜੋ ਯਾਰ, ਜੁਦਾ ਤੇਰਾ ਬਚੜਾ ਸਵਾ ਲੱਖ ਅੰਬ
ਸ਼ਵਾ ਹੋਸੀ ਸਾਡੇ ਸਿਲ ਲੋਗ ਵਜ ਹੁੱਲਾ ਸਾਡੇ ਸਿਲ ਲੋਗ ਵਜ ਹੁੱਲਾ ਸਾਡੇ ਸਿਲ ਲੋਗ ਵਜ ਹੁੱਲਾ ਮੈਂ ਉਹ ਲੱਖ ਤੇ ਜਿਗਰ ਦੇ ਸਾਂ ਅਲੀ ਯਾ ਅਲੀ ਅਲੀ ਜ਼ਿੰਦਾ ਸਲਾਮਤ ਰਹੋ ਆਬਾਦ ਓ ਸ਼ਾਦ ਰਹੋ ਹੱਥ ਬੁਲੰਦ ਕਰਕੇ ਨਾਮ ਅਲੀ ਹੈਦਰੀ ਤਰੇ ਦੀ ਬਾਤ ਬੀਬੀ ਅਲੀ ਕੁਚਾ ਕੇ ਨਾ ਤੁਰ ਪਈ ਮੇਰੀ ਸਹਿਣ ਆਵਾਜ਼ੇ ਕੁਦਰਤ ਆਈ ਮਾਂ ਅਲੀ ਦੀ ਰੁਕਵਾਂ ਅਜਾ ਮੈਂ ਅੱਲਾ ਕੁਝ ਹੋਰ ਗੱਲ ਕਰਨੀ ਹੈ ਮਾਂ ਅਲੀ ਦੀ ਰੁਕਵਾਂ ਮੈਂ ਕੁਝ ਹੋਰ ਗੱਲ ਕਰਨੀ ਹੈ ਆਵਾਜ਼ੇ ਕੁਦਰਤ ਆਈ ਜਬਰੀਲ ਜੀ ਰੱਬੇ ਜਲੀਲ ਜਲਦੀ ਵੰਜ ਮੇਰੇ ਸ਼ੇਰ ਦੀ ਮਾਂ ਕੁਆਕ ਦੇ ਵਲੀ ਦਾ ਗਏ ਵਸਾ ਚੋੜੇ ਤੇਰੇ ਘਰ ਸਭ ਵਲੀ ਹਾਸੇ ਬੋਲੋ ਯਾਰ ਜਿਹੜੇ ਅਲੀ ਵਾਲੇ ਬੈਠੇ ਹੋ ਹੱਥ ਬੁਲੰਦ ਕਰਕੇ ਹੈਦਰੀ ਆਵਾਜ਼ੇ ਕੁਦਰਤ ਆਈ ਜਬਰੀਲ ਜੀ ਰੱਬੇ ਜਲੀਲ ਜਲਦੀ ਵੰਜ ਮੇਰੇ ਸ਼ੇਰ ਦੀ ਮਾਂ ਕੁ ਆਖ ਵਲੀ ਦਾ ਗਏ ਵਸਾ ਛੋੜੇ ਤੇਰੇ ਘਰ ਕਿਉਂ ਪਲ ਪਲ ਵਲੀ ਦਾ ਗਏ ਵਸਾ ਛੋੜੇ ਤੇਰੇ ਘਰ ਸਭ ਵਲੀ ਕਿਉਂ ਤੇਰੀ ਆਲਾ ਦੇ ਵਿੱਚ ਬਹਾਰਾ ਮੁਹੰਮਦ ਤੇ ਅਲੀ ਹੋਸੇ ਤੇਰੀ ਤੋਜੋ ਵਲ ਓ ਸਭ ਨੂੰ ਰੇ ਜਲੀ ਹੋਸੇ ਓ ਸਭ ਨੂੰ ਰੇ ਜਲੀ ਹੋਸੇ ਓ ਸਭ ਨੂੰ ਰੇ ਜਲੀ ਹੋਸੇ ਤੇਰੀ ਝੋਲੀ ਮੈਂ ਭਰ ਦੇ ਸਾਲੀ ਜਿੰਦਾ ਸਲਾਮਤ ਸਲਵਾਤ ਬਾਵਾਜ਼ ਬੁਲੰਦ ਇੱਕ ਸਲਵਾਤ ਬਈ ਵੀ ਪੜੋ ਹੇ ਇਜਾਜ਼ਤ ਇੱਕ ਕਸੀਦਾ ਵੀ ਸੁਣਾ ਦੇਵਾਂ ਉਹ ਪੰਜੀ ਜ਼ਿਲ੍ਹਾ ਜ਼ਹੂਰ ਸਾਹਿਬ ਦੀ ਮਜਲਿਸ 'ਤੇ ਮੈਂ ਕਸੀਦਾ ਪੜ੍ਹਿਆ ਇਮਾਮ ਹੁਸੈਨ ਬਾਦਸ਼ਾਹ ਦਾ ਉਹ ਜਾਫਿਰ ਭਾਈ ਹਨ ਸਾਡੇ ਐਡਮਨ ਹਨ ਉਹਨਾਂ ਨੇ ਮੈਂ ਕੋ ਆਖੇ ਕਿ ਉਹ ਕਸੀਦਾ ਦੁਬਾਰਾ ਸੁਣਵਾ ਦਿਓ ਇਜਾਜ਼ਤ ਹੈ ਜਿਨ੍ਹਾਂ ਦਾ ਇਜਾਜ਼ਤ ਹੈ ਜਿਨ੍ਹਾਂ ਦਾ ਦਿਲ ਹੱਥ ਬੁਲੰਦ ਕਰਕੇ ਹੈਦਰੀ ਨਾਰਾ ਨਹੀਂ ਮੈਂ ਮਰੇਂਦੇ ਯਾਰ ਮੈਂ ਆਪ ਹੀ ਪੜ੍ਹਦਾ ਕਰਾਂ ਅਤੇ ਨਾਰਾ ਹੀ ਆਪ ਮਰਵੇਂਦਾ ਕਰਾਂ ਹਮ ਜੇਕੂੰ ਹਰ ਮਜ਼ਹਬ ਤਸਲੀਮ ਕੀ ਇੱਕ ਦੁਨੀਆ ਤੇ ਜ਼ਾਤ ਹੁਸੈਨ ਦੀ ਏ ਜੇਕੂੰ ਹਰ ਮਜ਼ਹਬ ਤਸਲੀਮ ਉਹ ਮੇਰੇ ਪਿਛਲੇ ਲਾਲੇ ਚੁੱਪ ਲਾਲੇ ਜਿਹੜੇ ਬੈਰ ਖੜੇ ਹੋ ਹਿੰਦੂ ਮੰਨ ਗਏ ਈਸਾਈ ਮੰਨ ਗਏ ਬਰੇਲਵੀ ਮੰਨ ਗਏ ਸਿੱਖ ਮੰਨ ਗਏ ਹੋਰ ਕੀ ਮੰਗਦੇ ਨੇ ਜ਼ਾਤ ਹੁਸੈਨ ਦੀ ਛੜਾ ਮੱਕੇ ਤੇ ਮਦੀਨੇ ਦਾ ਉਹ ਵਾਰਿਸ ਲਈ ਇਹ ਸਾਰੀ ਕਾਇਨਾਤ ਹੁਸੈਨ ਦੀ ਏ ਜਿੰਦਾ ਸਲਾਮਤ ਰਹੋ ਇਹੋ ਹੱਥ ਸੈਣ ਦੀ ਜ਼ਰੀ ਨਾਲ ਮਾਸੋ ਵੈਨ ਜਿਹੜੇ ਅਜ਼ਮਤ ਹੁਸੈਨ ਚ ਪੈ ਬੁਲੈਂਦੇ ਹੋ ਮੈਂ ਵੱਲ ਪਿਆ ਪੜਨਾ ਛੜਾ ਮੱਕੇ ਤੇ ਮਦੀਨੇ ਦਾ ਵਾਰਿਸ ਨੇ ਸਾਰੀ ਕਾਇਨਾਤ ਹੁਸੈਨ ਦੀ ਏ ਛੜਾ ਮੱਕੇ ਤੇ ਮਦੀਨੇ ਦਾ ਵਾਰਿਸ ਨੇ ਸਾਰੀ ਕਾਇਨਾਤ ਹੁਸੈਨ ਦੀ ਏ ਆ ਮੈਂ ਨਸਾਵਾਂ ਬਿਸਮਿਲ੍ਲਾ ਸਲਵਾਤ ਪੜੋ ਬਾਬਾ ਜੇ ਬੁਲੰਦ ਆਓ ਬਿਸਮਿਲ੍ਲਾ ਤਵੱਜੋ ਹੈ ਜਾਗਦੇ ਹੋ ਤਵੱਜੋ ਮੇਰੇ ਪਾਸੇ ਚੜ੍ਹਾ ਮੱਕੇ ਤੇ ਮਦੀਨੇ ਦਾ ਵਾਰਿਸ ਨੇ ਸਾਰੀ ਕਾਇਨਾਤ ਹੁਸੈਨ ਦੀ ਏ ਚੜ੍ਹਾ ਮੱਕੇ ਤੇ ਮਦੀਨੇ ਦਾ ਵਾਰਿਸ ਨੇ ਕੌਣ ਹੁਸੈਨ ਕੌਣ ਹੁਸੈਨ ਪੁੱਛੋ ਮੈਂ ਦੱਸੇ ਨਾ ਚੜ੍ਹਾ ਮੱਕੇ ਤੇ ਮਦੀਨੇ ਦਾ ਵਾਰਿਸ ਨੇ ਸਾਰੀ ਕਾਇਨਾਤ ਹੁਸੈਨ ਦੀ ਏ ਕੌਣ ਹੁਸੈਨ ਮੈਂ ਦੱਸੇ ਨਾ ਮਰਜ਼ੀ ਆਵੇ ਪੁੱਤਰ ਸਜਿਆ ਕੋ ਪਰ ਮੰਗਵਾ ਕੇ ਦੇਵੇ ਚਾਵੇ ਤਾਂ ਰਾਹਿਬ ਕੋ ਸਤ ਬਚੜੇ ਗਿਨਵਾ ਕੇ ਦੇਵੇ ਬੋਲੋ ਯਾਰ ਜਿਹੜੇ ਅਲੀ ਵਾਲੇ ਬੈਠੇ ਹੋ ਹੱਥ ਬੁਲੰਦ ਕਰਕੇ ਹੈਦਰੀ ਕੌਣ ਹੁਸੈਨ ਮੈਂ ਦੱਸੇ ਨਾ ਮਰਜ਼ੀ ਆਵੇ ਕੁਦਰਤ ਜੇ ਕੋ ਪਰ ਮੰਗਵਾ ਕੇ ਦੇਵੇ ਚਾਵੇ ਤਾਰਾ ਹਿਪ ਕੋ ਸਤ ਬਚੜੇ ਗਿਨਵਾ ਕੇ ਐਡੀ ਪਹੁੰਚ ਨਬੀਆਂ ਦੀ ਵੀ ਨਹੀਂ ਵੇਖੀ ਜਿਹੜੀ ਅੱਲਾ ਤਾਈਂ ਬਾਤ ਹੁਸੈਨ ਦੀ ਏ ਹੱਥ ਬੁਲੰਦ ਕਰਕੇ ਨਾਮ ਅਲੀ ਹੈਦਰੀ ਅੱਛਾ ਇੱਕ ਬੰਦੇ ਪੁੱਛਾ ਕਹਿ ਸ਼ੀਆ ਕੋਲ
تسا جو ہر ویلے علی علی کریں دے ہو، اگر اساں حسین نہ ہوں تو اسا کیا ہوں؟ توجہ ہے یار، گھبرائے تو نہیں میں بیٹھے، اگر حسین نہ ہوں تو اساں کیا ہوں؟ اگوں علی آلا آئی او کو تا موقع مل گیا گل لسن دا، او میرے کلندری لالے بیدار تھی وے علی آلا دیکھ کے آندا، دیکھ کے ایو کو جا دے جے حسین نہ ہوندا تے تو ایو کو جوندا کیا، لات ملات تے بوتاں اگے تینوں جھکنا پوندا، قسم خدا دی جے کر میرا پیر حسین نہ ہوندا، ہاتھ بلند کر کے حیدری، جے حسین نہ ہوندا تا تو ایو کو جوندا، لات ملات تے بوتاں قسم خدا دی جے کر میرا پیر حسین نہ ہوندا، اج جوڑے جوڑے بہانے منبری اوتے اے ساری خیرات حسین دیئے، ہاتھ بلند کر کے نام علی حیدری، صلوات پڑھو بابا جی، بس چڑھ پیے نی سویرے پہلیے تھائی بند پڑھدا، جنا جلن جلد تیار تھی وہ، جنا جلن جلد تیار تھی وہ، تے شاہ کال ڈتی کھڑ در تے، او سن کے حقال غریب دی سیدو پیاں بی بیاں بر کے پاویں، تہائی ویلا این قیامت دا، او کیتی دید رباب چا گھر تے، او اما اما ہایو کر کے جھڑ پئی اتے سگرا وال مستر تے، جی بسم اللہ، بس پانی سات منٹ زیادہ نہ پڑدا، اٹھاوی رجب دی ڈھل دی دیگرے حسین نانے دے روزے تے قرآن بیٹھا پڑھ دے، ذاکر دا کام ہوندا ہے مسائب پڑھ لیونا واقعہ دھرا دیونا، ایک نہیں ذکر پرانا نہیں ہوندا، میرے تو پہلے بھی بھائی پڑھ گئے، ہر بندے دا اپنا ایک انداز ہوندا ہے، ولید دا پروانہ آیا ہے، اس خط دیتا ہے میرے امام کو، سید خط پڑھے، سید عدد تو جول میں آندہ پیاں، اللہ دی پاک کلام کو مناسب مقام تے رکھس، دوئے ہاتھ متھے تے رکھے آدھا، نانا حسین دا آخری سلام ہوئے تیرے امتی رہن نہیں دیں دے، جڑے قدردان بیٹھے ہو مسائب دے، جنہ بھی میرا امام مونجھا ہوئے آنا یا اداس ہوئے نا میرے امام، سب تو پہلے گھار آنے آنا بھیڑ دے، بھیڑ دے دروازے تے آئے، بھیڑ نے جو ڈٹھے نا میرے بھیرا دا چہرہ مونجھا ہے، تلیاں ٹیک کے بی بی اٹھیا دیے، حسین اکبر جیوی خیرتا ہے، عباس ہی جیندہ ہوئے تے تیرا چہرہ اداس ہوئے، زینب رہن نہیں دیں دے، ولید دربار بلائے، شرط تیرا کسی برادری دا کوئی بندہ نہ آوے، اے میرے لفظ نہیں گھلو صاحب دے لفظ، شرط تیرا کس برادری دا کوئی بندہ نہ آوے، بھیرا دا دامن پکڑ کے آ دیے حسین کلہ نہ ونجن دیں دی، سیدہ دے زینب میں امام ہاں، میں جاننا ولید میرا قاتل نہیں، بی بی ادی نہ ونجن دیں دی، انہاں دے دربار اچ کلہ ونجن دے وہاں، جنہاں میری موئے بھیرا دے جنازے ہی تیر مارے ہیں، کیڑا بندہ شیعہ یار جڑا ہائی نہیں کریں دا، انہاں دے دربار اچ ونجن دے وہاں، جنہاں میری ماں دا پاسا زخمی کیتا حسین، انہاں دے دربار اچ ونجن دے وہاں، جنہاں اک بھی ماں رمضان میرے بابے امیر کو ضرب ماریا، یہ منظر کہیں ڈٹھا ہے جناب فضل دی ماں جناب لو بابا دوڑ کے اٹھا، یہ جتا عباس سینے تے فضل کو سما کے ستے ہویا، آ کے میری سین مٹی تے بہ گئی ہے، جناب فضل دی دید پئی نہ دے کے آدھے، بابا تیرے جیندے میری ماں مٹیاں تے بیٹھی ہے، اکھل لیے عباس دی دے کے آدھے، فضل دی ماں خیرتا ہے میرے جیندیاں مٹیاں تے بہ گئی ہیں، بی بی آدھی جیڑا منظر میں دیکھا ہیاں حسین کتھائیں ویندے بھیڑ ونجن نہیں دیں دی، عباس تو دیکھیں بین آئی دے مر گیا ہوئے ہیں، دیکھ بھیڑ کی تھائیں ونجن نہیں دیں دی، بھیرا کی تھائیں ویند ہے، اُبالے قدم چاہ کے عباس ٹوریا ہے، جنا غازی اُبالے قدم چاہوے ہیں نا، شگردہ کو پتہ لگ ویندہ جو استاد تے کو یوکھی بن گئی ہے،
جڑا تیز قدم چاہے اس نہ کہیں پاسو اکبر آیا ہے کہیں پاسو قاسم آیا ہے کہیں پاسو سجاد آیا ہے ہاشمیاں جوانا کو دیکھ کے بھرا دا دامن چھوڑ کے آ دیے ہون لگا وانی میری دعا انالے عباس بھرا انالے بھلا بھی یار جلدی پیا کرے نا میری دعا انالے عباس بھرا انالے تر پہ میرا امام سڈا ہے میری سین نے حسین میرے قریبا عباس جی سین تو بھی میرے قریبا بھرا دا ہاتھ دتا اس عباس دے ہاتھ چ بی بی ادیے سر تو پیراں تائیں دیکھ گن غازی جی میں دیندی پیاں ایویں گھنساں قدمہ تے متھا مار کے ادا سین ایو وعدہ ہر میدان اچ کریں دی آویں بھئی جی میں دیندی پیاں ایویں گھنساں دروازے تے آئیں سید دروازہ عبور کیتا ہے جڑے قدردان بیٹھے ہو جڑے پیچھے سن کے آندے پے ہو کہ میں کیا آکھا سید ادے عباس میں وعدہ کرایا میں دربار اچ کلا ویسا برادری دا کوئی بندہ نہ آسی جنا آکھے نا میرے امام نے برادری دا کوئی بندہ نہ آسی قدمہ تے متھا مار کے عباس آدھے مولا انہ تا آکھے برادری دا کوئی بندہ نہ آسی مولا میں تا تیرا نوکر ہاں مولا میرے جمن دا کیڑا فائدہ ہے سرکار جڑا ڈٹھے نا عباس تے چہرے تو مولا دیکھ کے آدھے عباس تو علی دا پترے اے دروازہ خیبر تو باہر نہیں میرے تے جو کوئی اوکھی بن گئی سید آدھے میرے تے کوئی اوکھی بن گئی میں نعرہ تکبیر بلند کرے سان دے راونے میرا امام دربار چایا ہے این کمینے کرسی دیتی ہے سید کرسی تے بہ گئی ہے سید آدھے کیوں بلائے ہی اے آدھے حسین تے سنے آؤ سی آکے میں شام مر گئے ان دی جاتے ان دا پتر یزید تختے آ گئے او آدھے حسین کو آکھو یا میری بیعت کرے یا وطن چھوڑے سید آدھے میں کوئی فاسق فاجر دی بیعت نہ منظور ہے میں صاف انکار کرے نا ایک رات دی مولت دیو اجا میرا امام گال کریں دا بیٹھا جو مروان کمینہ اشارہ کر کے آدھے حسین کلہ سار کلم کر دیو اللہ دی قسم ہے جنہیں آکھے میرا امام آکھے تو بغیرت ہے میں کو کلہ سمجھے سید نعرہ تکبیر بلند کی تا عباسی میں آیا جیویں علی خیبر چایا قدمہ تیات لا کے آدھے مادی چار درد واسطہ ہی ایک دفعہ ڈزا تیرے نال گستاخی کہیں کیتی ہے جی بسم اللہ گھر آئے بی بی آدھی حسین کیوں سڑے آنے سید آدھے زینب رہن نہیں دیں دے بی بی آدھی جڑے رہن نہیں دیں دے والے کراہ دی مولت کیوں گھن آئے سید آدھے زینب تو سانتا والا سو میں غریب ولنا کوئی نہیں اس واسطے ایک رات دی مولت گن آیا میں کئی رشتہ داراں کو ملنا ہے میں ماں کو ملنا ہے میں حسن بھرا کو ملنا ہے ٹور پہ میرا امام حسن بھرا دیکھ قبر تے آیا دور کھڑو کے دوئے ہاتھ متے رکھ کے آدھے امیر پیو دا امیر پتر غریب بھرا دا سلام ہوئی اچھا وین کر کے سید آدھے تیرے قاتل میں تو آئیو بیعت پہ منگ دیں آج نان کے شار وچالے سیدہ دے تیرا کفن گلابی آئیو نہیں بھلدا بھام گزرن یاراں سالے طور پہ میرا امام مادی قبر تے آیا ہے گلا کے روندہ بیٹھے روندے روندے سید روندہ ہی بیٹھے تے رو رو کے آدھے اممہ تے کون آخری واری ملنایا کرانایا ایک سوالے میں کون معاف کرے میں سفر وچالے گی دی بھینی وین وین آنالے سید رو رو کے آدھے ایک دی بھی ماں رٹکائی ویلا جیندہ رکھ سو آپ خیالے سیدہ دے تُو ماں جو ہے تے کنڈ سنایا میرا وطن تے ولا سیدہ دے اممہ میں ولنا کوئی نہیں